ਤੁਹਾਨੂੰ ਪਤਾ ਹੀ ਹੈ ਕਿ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਸੀ ਰਾਤ ਦੇ 9 ਵਜੇ ਦੇ ਕਰੀਬ। ਉਸ ਹਮਲੇ ਵਿੱਚ ਹਮਲਾਵਰਤ ਜਿਹੜੇ ਸੀਗੇ ਉਹ ਤਾਂ ਮੈਨੂੰ ਇੱਕ ਕਿਸਮ ਦਾ ਖਤਮ ਕਰਕੇ ਚਲੇ ਗਏ ਸੀ। ਔਰ ਜਦੋਂ ਲਾਸਟ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਾਰ ਦੱਸੋ ਗਲਤ ਦੱਸੋ ਕੀ ਹੈਗੀ ਹੈ, ਤੁਸੀਂ ਮੈਨੂੰ ਮਾਰਨ ਲਈ ਕਿਉਂ ਆਏ ਹੋ? ਉਹ ਕਹਿੰਦੇ ਵੀ ਸਾਡਾ ਮਕਸਦ ਤੈਨੂੰ ਮਾਰਨਾ ਹੈਗਾ ਹੋਰ ਤੁਹਾਡਾ। ਜੱਗੀ ਜੀ ਮਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਸੀਗੇ ਅਤੇ ਭਗਵੰਤ ਮਾਨ ਜੀ ਦਸੂਹੇ ਆਉਂਦੇ ਆ ਅਤੇ ਤੁਹਾਡਾ ਹਾਲ ਚਾਲ ਪੁੱਛਣ ਆਏ, ਜਾਂ ਪਾਰਟੀ ਨੇ ਕਿਸੇ ਨੇ ਤੁਹਾਡੀ ਬਾਂਹ ਫੜੀ ਇਸ ਸਮੇਂ ਵਿੱਚ? ਔਰ ਅੱਜ ਵੀ ਅਨਨੋਨ ਨੰਬਰਾਂ 'ਤੇ ਮੈਨੂੰ ਉਹੀ ਧਮਕੀਆਂ ਆਉਂਦੀਆਂ ਆ। ਔਰ ਅੱਜ ਵੀ ਉਹ ਜਿਹੜੇ ਹਮਲਾਵਰ ਜਾਂ ਜਿਹਨਾਂ ਦੇ ਅਸੀਂ ਨਾਂ ਲਿਖਾਏ ਸੀ ਉਹ ਅੱਜ ਵੀ ਸਾਡੇ ਘਰ ਦੇ ਦੁਆਲੇ ਮੋਟਰਸਾਈਕਲਾਂ ਦੇ ਉੱਪਰ ਉਸੇ ਤਰ੍ਹਾਂ ਹੀ ਹੂਟਿੰਗ ਕਰਦੇ ਆ, ਚੱਕਰ ਲਗਾਉਂਦੇ ਆ। ਅਸੀਂ ਵਾਰ ਵਾਰ ਪੁਲਿਸ ਨੂੰ ਕਹਿੰਦੇ ਹਾਂ ਪਰ ਪੁਲਿਸ ਦੇ ਜਿਹੜੇ ਕੰਨ 'ਤੇ ਜੂ ਨਹੀਂ ਸਰਕਦੀ। ਮਾਫੀਆ ਦੇ ਲੋਕਾਂ ਨੇ, ਮਾਈਨਿੰਗ ਵਾਲੇ ਲੋਕਾਂ ਨੇ ਉਹ ਜਿਹੜੀ ਆਵਾਜ਼ ਬੰਦ ਕਰਨ ਲਈ ਜਾਂ ਕੋਈ ਹੋਰ ਲੋਕ ਵੀ ਜਿਹੜੇ ਇਹਦੇ ਵਿਰੁੱਧ ਆਵਾਜ਼ ਚੁੱਕਦੇ ਸੀ ਉਹਨਾਂ ਨੂੰ ਵੀ ਬੰਦ ਕਰਨ ਦੇ ਲਈ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ। ਔਰ ਮੇਰੇ ਹਮਲੇ ਤੋਂ ਬਾਅਦ ਤੁਸੀਂ ਘੁੰਮ ਕੇ ਦੇਖੋ ਕਿ ਜਿਹੜੇ ਲੋਕ ਆਵਾਜ਼ ਚੁੱਕਦੇ ਸੀ ਉਹ ਵੀ ਆਪਣੇ ਆਪਣੇ ਘਰੀਂ ਬਹਿ ਗਏ। ਇੱਕ ਵਾਰ ਫਿਰ ਉਸ ਪਰਿਵਾਰ ਨੂੰ ਮੌਕਾ ਦਿੱਤਾ, ਮਗਰ ਉਸ ਪਰਿਵਾਰ ਨੇ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਉਹਦਾ ਮੁੱਲ ਨਹੀਂ ਮੋੜਿਆ। ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਉਹਨੂੰ ਇੱਕ ਦਰਕਿਨਾਰ ਕਰਕੇ, ਇੱਕ ਕਿਨਾਰੇ ਕਰਕੇ ਲੋਕਾਂ ਦੇ ਅਤਿਆਚਾਰ ਜਿਹੜਾ ਸੀ ਪਹਿਲੇ ਨਾਲ ਵੀ ਵੱਧ ਕਰਨਾ ਸ਼ੁਰੂ ਕਰਤਾ। ਔਰ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਗੁਰਪ੍ਰੀਤ ਅਤੇ ਅੱਜ ਤੁਹਾਡੀ ਮੁਲਾਕਾਤ ਅਜਿਹੇ ਇਨਸਾਨ ਨਾਲ ਕਰਾਉਣ ਜਾ ਰਿਹਾ ਹਾਂ ਜਿਹੜੇ ਖੇਤੀਬਾੜੀ ਦੇ ਨਾਲ, ਜਿੱਥੇ ਕਿਸਾਨੀ ਦੇ ਨਾਲ ਜੁੜੇ ਹੋਏ ਆ, ਉੱਥੇ ਬਹੁਤ ਗਰਾਊਂਡ ਲੈਵਲ ਤੋਂ ਜਿਹੜੇ ਨੇਤਾ ਸਾਡੇ ਉਹ ਬਣੇ ਸੀ। ਅਤੇ ਅੱਜ ਉਹਨਾਂ ਦਾ ਹਾਲ ਚਾਲ ਪੁੱਛਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਬਾਰੇ। ਸੁਲੱਖਣ ਸਿੰਘ ਜੱਗੀ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਤੁਹਾਡਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਿ ਤੁਸੀਂ ਮੈਨੂੰ ਤਮਾਮ ਲੋਕਾਂ ਦੇ ਸਨਮੁੱਖ ਕਰਨ ਦਾ ਅੱਜ ਇੱਕ ਮੌਕਾ ਦਿੱਤਾ ਤੁਹਾਡੀ। ਪਹਿਲਾਂ ਤੁਸੀਂ ਆਪਣੀ ਸਿਹਤ ਦੱਸੋ, ਕਿਹੋ ਜਿਹਾ ਹਾਲ ਚਾਲ ਆ ਤੁਹਾਡਾ? ਬਹੁਤ ਵਧੀਆ ਗੁਰਪ੍ਰੀਤ ਜੀ, ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਦੁਸ਼ਮਣਾਂ ਨੇ ਜੋ ਚਾਲ ਚੱਲੀ ਸੀ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਪਰਮਾਤਮਾ ਦੀ ਆਸ਼ੀਰਵਾਦ ਨਾਲ, ਕਿਰਪਾ ਦੇ ਨਾਲ ਅੱਜ ਮੈਂ ਫਿਰ ਆਪਣੇ ਲੋਕਾਂ ਵਿੱਚ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਲਈ ਹਾਜ਼ਰ ਹਾਂ। ਥੋੜ੍ਹਾ ਜਿਹਾ ਸਾਨੂੰ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਥੋੜ੍ਹਾ ਜਿਹਾ ਜਿਹੜਾ ਪਿੱਛੇ ਬੈਕ ਲੰਘਿਆ, ਕੀ ਘਟਨਾ ਹੋਈ ਸੀ ਉਹਦੇ ਬਾਰੇ ਜਾਣਕਾਰੀ ਦਿਓ। ਅੱਜ ਤੋਂ ਤਕਰੀਬਨ 8-9 ਮਹੀਨੇ ਪਹਿਲਾਂ 12/9/2021 ਨੂੰ ਤੁਹਾਨੂੰ ਪਤਾ ਹੀ ਹੈ ਕਿ ਮੇਰੇ 'ਤੇ ਜਾਨਲੇਵਾ ਹਮਲਾ ਹੋਇਆ ਸੀ ਰਾਤ ਦੇ 9 ਵਜੇ ਦੇ ਕਰੀਬ। ਉਸ ਹਮਲੇ ਵਿੱਚ ਹਮਲਾਵਰਤ ਜਿਹੜੇ ਸੀਗੇ ਉਹ ਤਾਂ ਮੈਨੂੰ ਇੱਕ ਕਿਸਮ ਦਾ ਖਤਮ ਕਰਕੇ ਚਲੇ ਗਏ ਸੀ। ਔਰ ਜਦੋਂ ਲਾਸਟ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਾਰ ਦੱਸੋ ਗਲਤ ਦੱਸੋ ਕੀ ਹੈਗੀ ਹੈ, ਤੁਸੀਂ ਮੈਨੂੰ ਮਾਰਨ ਲਈ ਕਿਉਂ ਆਏ ਹੋ? ਉਹ ਕਹਿੰਦੇ ਵੀ ਸਾਡਾ ਮਕਸਦ ਤੈਨੂੰ ਮਾਰਨਾ ਹੈਗਾ, ਹੋਰ ਤੁਹਾਡਾ ਕੰਮ ਹੀ ਕੋਈ ਨਹੀਂ ਹੈਗਾ। ਮਗਰ ਪਰਮਾਤਮਾ ਦੀ ਕਿਰਪਾ ਸੀ, ਲੋਕਾਂ ਦਾ ਪਿਆਰ ਸੀ, ਲੋਕਾਂ ਦਾ ਪਿਆਰ ਸੀ ਕਿ ਉਹਨਾਂ ਦੇ ਜਿਹੜੇ ਸੀਗੇ ਮਨਸੂਬੇ ਉਹ ਕਾਮਯਾਬ ਨਹੀਂ ਹੋ ਸਕੇ। ਸੋ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ, ਮੈਂ ਤਾਂ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਹਰ ਵੇਲੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਕਿ ਮੇਰਾ ਜਿਹੜਾ ਜਨਮ ਹੈ, ਦੂਸਰਾ ਜਨਮ ਹੈਗਾ, ਉਹ 9 ਮਹੀਨੇ 12 ਤਰੀਕ ਨੂੰ ਮੇਰਾ ਦੂਸਰਾ ਜਨਮ ਹੋਇਆ। ਕਾਫੀ ਲੰਬਾ ਸਮਾਂ ਧਰਨਾ ਵੀ ਚੱਲਦਾ ਰਿਹਾ ਕਚਹਿਰੀਆਂ ਦੇ ਵਿੱਚ ਤੁਹਾਡੇ ਲਈ, ਅਤੇ ਕੀ ਕੋਈ ਇਨਸਾਫ ਮਿਲਿਆ ਜਾਂ ਕੋਈ ਅੱਗੇ ਦੀ ਕਾਰਵਾਈ ਕੀ ਹੋਈ? ਮੈਂ ਤਕਰੀਬਨ 2 ਮਹੀਨੇ ਆਪਣੇ ਹੋਸਪਿਟਲਾਂ ਦੇ ਚੱਕਰ ਕੱਢ ਕੇ, ਜਿੱਦਾਂ ਪਹਿਲਾਂ ਮੈਂ CMC ਦਾਖਲ ਸੀ, ਫਿਰ ਮੈਂ ਹੁਸ਼ਿਆਰਪੁਰ ਟ੍ਰੀਟਮੈਂਟ ਲਿਆ, ਉਸ ਤੋਂ ਬਾਅਦ ਮੈਂ ਆਪਣੇ ਮਕੇਰੀਆਂ ਸ਼ਹਿਰ ਆਪਣੇ ਘਰ ਵਿਖੇ ਆ ਗਿਆ। ਔਰ ਮੇਰੇ ਮਗਰੋਂ ਜਿਹੜੇ ਕੁਛ ਲੋਕ ਸੀ, ਜਿਹੜੇ ਇਨਸਾਫ ਪਸੰਦ ਲੋਕ ਸੀ, ਕ੍ਰਾਂਤੀਕਾਰੀ ਲੋਕ ਸੀ, ਅੰਦੋਲਨਕਾਰੀ ਲੋਕ ਸੀ, ਉਹਨਾਂ ਨੇ ਮੇਰੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਔਰ ਉਸ ਆਵਾਜ਼ ਦੇ ਵਿੱਚ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ, ਉਹਨਾਂ ਨੇ ਆਸ਼ਵਾਸਨ ਦਿੱਤੇ ਸਿਰਫ, ਅਸੀਂ ਆਹ ਕਰਤਾ ਉਹ ਕਰਤਾ, ਅਸੀਂ ਤਾਸ਼ ਦੇ ਪੱਤੇ ਜਿਹੜੇ ਹੈਗੇ ਉਹ ਬਾਅਦ 'ਚ ਖੋਲ੍ਹਾਂਗੇ। ਮਗਰ ਮੈਨੂੰ ਨਹੀਂ ਪਤਾ ਨਹੀਂ ਲੱਗ ਰਿਹਾ ਕਿ ਜਿਹੜੇ SDM ਸਾਹਿਬ ਨੇ ਵਾਰ ਵਾਰ ਉੱਥੇ ਕਹਿੰਦੇ ਸੀ ਕਿ ਅਸੀਂ ਤਾਸ਼ ਦੇ ਪੱਤੇ ਜਿਹੜੇ ਆ ਇਕੱਲੇ ਇਕੱਲੇ ਖੋਲ੍ਹਾਂਗੇ, ਉਹ 9 ਮਹੀਨੇ ਹੋ ਗਏ ਉਹ ਤਾਸ਼ ਦੇ ਪੱਤੇ ਹਜੇ ਤੱਕ ਖੁੱਲ੍ਹੇ ਨਹੀਂ। ਔਰ ਜਿਹੜਾ ਲੋਕਲ ਪੁਲਿਸ ਹੈਗੀ ਹੈ, ਉਸ ਨੇ 1% ਵੀ ਜਿਹੜਾ ਸਾਥ ਨਹੀਂ ਦਿੱਤਾ, ਨਾ ਸਾਡੇ ਪਰਿਵਾਰ ਦਾ ਦਿੱਤਾ ਸਾਥ, ਔਰ ਨਾ ਸਾਡੀ ਗੱਲ ਸੁਣੀ ਗਈ, ਔਰ ਨਾ ਹੀ ਜਿਹਨਾਂ ਬੰਦੇ 'ਤੇ ਅਸੀਂ ਕਿਸੇ 'ਤੇ ਸ਼ੱਕ ਕੀਤਾ ਉਹਨਾਂ ਬੰਦਿਆਂ ਨੂੰ ਪੁੱਛਿਆ ਗਿਆ। ਔਰ ਅੱਜ ਵੀ ਅਨਨੋਨ ਨੰਬਰਾਂ 'ਤੇ ਮੈਨੂੰ ਉਹੀ ਧਮਕੀਆਂ ਆਉਂਦੀਆਂ ਆ। ਔਰ ਅੱਜ ਵੀ ਉਹ ਜਿਹੜੇ ਹਮਲਾਵਰ ਜਾਂ ਜਿਹਨਾਂ ਦੇ ਅਸੀਂ ਨਾਂ ਲਿਖਾਏ ਸੀ ਉਹ ਅੱਜ ਵੀ ਸਾਡੇ ਘਰ ਦੇ ਦੁਆਲੇ ਮੋਟਰਸਾਈਕਲਾਂ ਦੇ ਉੱਪਰ ਉਸੇ ਤਰ੍ਹਾਂ ਹੀ ਹੂਟਿੰਗ ਕਰਦੇ ਆ, ਚੱਕਰ ਲਗਾਉਂਦੇ ਆ, ਅਸੀਂ ਵਾਰ ਵਾਰ ਪੁਲਿਸ ਨੂੰ ਕਹਿੰਦੇ ਹਾਂ ਪਰ ਪੁਲਿਸ ਦੇ ਜਿਹੜੇ ਕੰਨ 'ਤੇ ਜੂ ਨਹੀਂ ਸਰਕਦੀ।
ਤੁਸੀਂ 2017 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ, ਕੀ ਤੁਹਾਨੂੰ ਲੱਗਦਾ ਹੈ ਉਸੇ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪੈ ਰਿਹਾ? ਬਿਲਕੁਲ, 2017 ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਗਏ ਸੀ, ਅਸੀਂ ਇੱਕ ਪ੍ਰੋਗਰਾਮ ਲੈ ਕੇ ਗਏ ਸੀ ਲੋਕਾਂ ਦੇ ਵਿੱਚ, ਇੱਕ ਲੋਕਾਂ ਨਾਲ ਵਾਅਦਾ ਕੀਤਾ ਸੀ, ਅਸੀਂ ਵੀ ਵਾਅਦਾ ਕੀਤਾ ਸੀ ਉਸ ਟਾਈਮ ਦੀ ਜਿਹੜੀ ਹੁਣ ਕਾਂਗਰਸ ਸਰਕਾਰ ਹੈ, ਜਿਹੜੇ ਉਸ ਟਾਈਮ ਜਿਹਨਾਂ ਨੂੰ ਵਿਧਾਇਕ ਚੁਣਿਆ ਸੀ ਰਜਨੀਸ਼ ਕੁਮਾਰ ਬੱਬੀ, ਬਹੁਤ ਸਤਿਕਾਰਯੋਗ ਸੀ ਸਾਡੇ ਵੱਡੇ ਵੀਰ ਜੀ, ਉਹਨਾਂ ਨੇ ਵੀ ਲੋਕਾਂ 'ਚ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਦੇ ਸਾਰ ਹੀ MLA ਬਣਦੇ ਸਾਰ ਹੀ ਜਿਹੜੀ ਮੁਕੇਰੀਆਂ ਦੀ ਵਿੱਚ ਜਿਹੜੀ ਗੁੰਡਾਗਰਦੀ ਹੈ ਜਾਂ ਆੜੀ ਮਾਈਨਿੰਗ ਹੋ ਰਹੀ ਹੈ, ਚਾਹੇ ਮਾਫੀਆ ਵਾਲੇ ਲੋਕ ਹੈ, ਇਹਨਾਂ ਨੂੰ ਅਸੀਂ ਨੱਥ ਪਾਵਾਂਗੇ, ਇਹਨਾਂ ਨੂੰ ਇੱਥੋਂ ਖਦੇੜਾਂਗੇ, ਜ਼ਰੂਰ ਖਦੇੜਾਂਗੇ, ਕਿਉਂਕਿ ਮਾਲਵੇ ਲੋਕ ਸੀ ਜ਼ਿਆਦਾ। ਮਗਰ ਲੋਕਾਂ ਨੇ ਫਤਵਾ ਕਾਂਗਰਸ ਨੂੰ ਦੇ ਦਿੱਤਾ, ਕਾਂਗਰਸ ਨੇ ਤਾਂ ਜਿੱਤਣ ਤੋਂ ਬਾਅਦ ਉਹ ਆਪਣਾ ਜਿਹੜਾ ਫਤਵਾ ਸੀ ਉੱਤੇ ਫੁੱਲ ਨਹੀਂ ਚਾੜੇ, ਨਾ ਲੋਕਾਂ ਦੀ ਸਾਰ ਲਈ, ਮਗਰ ਕਿਤੇ ਨਾ ਕਿਤੇ ਸਾਡੇ ਦਿਲ 'ਚ ਇੱਕ ਚਸਕ ਸੀ ਕਿ ਲੋਕਾਂ ਨੇ ਸਾਨੂੰ ਵੀ 18,000 ਵੋਟ ਪਾਈ ਹੈ। ਉਹ 18,000 ਵੋਟਾਂ ਦੇ ਵਿੱਚ ਉਹ ਵੋਟਰ ਸੀ ਜਿਨ੍ਹਾਂ ਨੂੰ ਅਸੀਂ ਵਾਅਦਾ ਕਰਕੇ ਆਏ ਸੀ, ਔਰ ਅਸੀਂ 17 ਤੋਂ ਬਾਅਦ ਉਸ ਮੁਹਿੰਮ ਨੂੰ ਜਾਰੀ ਰੱਖਿਆ, ਔਰ ਉਸ ਮੁਹਿੰਮ ਦਾ ਜਿਹੜਾ ਖਮਿਆਜ਼ਾ ਸੀ ਇਹਨਾਂ ਲੋਕਾਂ ਨੇ, ਮਾਫੀਆ ਦੇ ਲੋਕਾਂ ਨੇ, ਮਾਈਨਿੰਗ ਵਾਲੇ ਲੋਕਾਂ ਨੇ, ਉਹ ਜਿਹੜੀ ਆਵਾਜ਼ ਬੰਦ ਕਰਨ ਲਈ ਜਾਂ ਕੋਈ ਹੋਰ ਲੋਕ ਵੀ ਜਿਹੜੇ ਇਹਦੇ ਵਿਰੁੱਧ ਆਵਾਜ਼ ਚੁੱਕਦੇ ਸੀ, ਉਹਨਾਂ ਨੂੰ ਵੀ ਬੰਦ ਕਰਨ ਦੇ ਲਈ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ, ਔਰ ਮੇਰੇ ਹਮਲੇ ਤੋਂ ਬਾਅਦ ਤੁਸੀਂ ਘੁੰਮ ਕੇ ਦੇਖੋ ਕਿ ਜਿਹੜੇ ਲੋਕ ਆਵਾਜ਼ ਚੁੱਕਦੇ ਸੀ ਉਹ ਵੀ ਆਪਣੇ ਆਪਣੇ ਘਰੀਂ ਬਹਿ ਗਏ। ਜੱਗੀ ਜੀ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਸੀਗੇ ਅਤੇ ਭਗਵੰਤ ਮਾਨ ਜੀ ਦਸੂਹੇ ਆਉਂਦੇ ਆ, ਅਤੇ ਤੁਹਾਡਾ ਹਾਲ ਚਾਲ ਪੁੱਛਣ ਆਏ ਜਾਂ ਪਾਰਟੀ ਨੇ ਕਿਸੇ ਨੇ ਤੁਹਾਡੀ ਬਾਂਹ ਫੜੀ ਇਸ ਸਮੇਂ ਵਿੱਚ? ਬਿਲਕੁਲ, ਜਦੋਂ ਭਗਵੰਤ ਮਾਨ ਜੀ ਦਸੂਹੇ ਆਏ ਉਸ ਟਾਈਮ ਮੈਂ ਐਡਮਿਟ ਸੀ ਹੁਸ਼ਿਆਰਪੁਰ, ਔਰ ਜਦੋਂ ਉਸ ਤੋਂ ਬਾਅਦ ਜਿਹੜਾ ਦਸੂਹੇ ਤੋਂ ਬਾਅਦ ਪ੍ਰੋਗਰਾਮ ਹੁਸ਼ਿਆਰਪੁਰ ਦਾ ਸੀ, ਔਰ ਉਸ ਪ੍ਰੋਗਰਾਮ ਦੇ ਮੈਨੂੰ ਭਗਵੰਤ ਮਾਨ ਜੀ ਨੇ ਆਪ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਿਆ, ਔਰ ਉਸ ਤੋਂ ਬਾਅਦ ਸਾਡੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ MLA ਅਮਨ ਅਰੋੜਾ ਜੀ, ਉਹ ਮੇਰਾ ਮੈਨੂੰ ਮਿਲ ਕੇ ਗਏ ਹੈ, MLA ਗੜ ਸ਼ੰਕਰ ਸਾਡੇ ਅਰੋੜੀ ਸਾਹਿਬ, ਉਹ ਮੈਨੂੰ ਮਿਲ ਕੇ ਗਏ ਹੈ, ਪਾਰਟੀ ਦਾ ਪੂਰਾ ਸਹਿਯੋਗ ਰਿਹਾ ਜਿੱਥੋਂ ਤੱਕ ਪਾਰਟੀ ਕਰ ਸਕਦੀ ਸੀ, ਮਗਰ ਇਹ ਜਿਹੜੇ ਵੱਡੇ ਲੋਕ ਹੈ ਜਾਂ ਇਹ ਮਾਫੀ ਵਾਲੇ ਲੋਕ ਹੈ, ਇਹਨਾਂ ਦੇ ਜਿਹੜੇ ਲਿੰਕ ਹੈਗੇ ਉੱਪਰ ਸਰਕਾਰ ਤੱਕ ਹੈ, ਵੱਡੇ ਵੱਡੇ ਪੁਲਿਸ ਅਫਸਰਾਂ ਤੱਕ ਹੈ, ਇਸ ਲਈ ਇਹਨਾਂ ਦੀ ਉਹਨਾਂ ਦੀ ਵੀ ਕੋਈ ਇਹਨਾਂ ਨੇ ਪੇਸ਼ ਨਹੀਂ ਜਾਣ ਦਿੱਤੀ। ਹੁਣ ਅਸੀਂ ਗੱਲ ਕਰਦੇ ਹਾਂ ਮੁਕੇਰੀਆਂ ਹਲਕੇ ਦੀ, ਮੁਕੇਰੀਆਂ ਹਲਕੇ ਵਿੱਚ 2017 ਦੇ ਵਿੱਚ ਤਕਰੀਬਨ ਤੁਹਾਨੂੰ 16,000-17,000 ਤੁਹਾਨੂੰ ਵੋਟ ਪਈ ਸੀ, ਜਦੋਂ ਮੁੜ ਕੇ 2019 ਦੇ ਵਿੱਚ ਇਲੈਕਸ਼ਨ ਹੁੰਦੀ ਆ ਉਹ ਜਿਹੜੀ ਵੋਟ ਆ ਉਹ ਅੱਧੀ ਰਹਿ ਜਾਂਦੀ ਆ, 8,000-9,000 ਵੋਟ ਰਹਿ ਜਾਂਦੀ ਆ, ਇਸ ਪਿੱਛੇ ਕੀ ਕਾਰਨ ਰਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਕਿਉਂ ਘਟਿਆ? ਉਹ ਦੇਖੋ ਜਿਹੜਾ ਬਾਈ ਇਲੈਕਸ਼ਨ ਹੁੰਦਾ ਆ ਹੁੱਕ ਰੁੱਕ ਸਰਕਾਰ ਦਾ ਹੁੰਦਾ ਆ, ਔਰ ਸਰਕਾਰ ਨੇ ਉਸ ਇਲੈਕਸ਼ਨ ਦੇ ਵਿੱਚ ਸਾਰੀ ਜਿਹੜੀ ਮਿਨਿਸਟਰੀ, ਸਾਰੀ ਗੌਰਮੈਂਟ, ਸਾਰੇ MLA 80 ਦੇ 80 MLA ਜਿਹੜੇ ਉਸ ਮੁਕੇਰੀਆਂ ਵਿਖੇ ਬਿਠਾਏ ਸੀਗੇ, ਔਰ ਹਰ ਪਿੰਡ ਨੂੰ ਕੋਈ ਨਾ ਕੋਈ ਲਾਲਚ ਦਿੱਤਾ ਗਿਆ, ਔਰ ਲੋਕ ਵੀ ਮਜ਼ਬੂਰ ਹੁੰਦੇ ਆ, ਸਰਪੰਚ ਵੀ ਮਜ਼ਬੂਰ ਹੁੰਦੇ ਆ ਕਿ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾਉਣੀ ਹੈ, ਇਸ ਲਈ ਲੋਕਾਂ ਨੇ ਇੱਕ ਵਾਰ ਫਿਰ ਉਸ ਪਰਿਵਾਰ ਨੂੰ ਮੌਕਾ ਦਿੱਤਾ, ਮਗਰ ਉਸ ਪਰਿਵਾਰ ਨੇ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਉਹਦਾ ਮੁੱਲ ਨਹੀਂ ਮੋੜਿਆ, ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਉਹਨੂੰ ਇੱਕ ਦਰਕਿਨਾਰ ਕਰਕੇ, ਇੱਕ ਕਿਨਾਰੇ ਕਰਕੇ ਲੋਕਾਂ ਦੇ ਅੱਤਿਆਚਾਰ ਜਿਹੜਾ ਸੀ ਪਹਿਲੇ ਨਾਲ ਵੀ ਵੱਧ ਕਰਨਾ ਸ਼ੁਰੂ ਕਰਤਾ, ਔਰ ਲੋਕ 2022 ਦੇ ਵਿੱਚ ਉਹਦਾ ਜਵਾਬ ਜ਼ਰੂਰ ਦੇਣਗੇ। ਮੁਕੇਰੀਆਂ ਦੇ ਵਿੱਚ ਇਲੈਕਸ਼ਨ ਆਉਂਦੇ ਜਿਹੜੇ ਅਲੱਗ ਅਲੱਗ ਪਾਰਟੀਆਂ ਸਰਗਰਮ ਹੋ ਗਈਆਂ ਆ, ਅਤੇ ਪਿੱਛੇ ਜੀ ਬਸਪਾ ਦਾ ਅਤੇ ਅਕਾਲੀ ਦਲ ਦਾ ਵੀ ਹੁਣ ਗਠਜੋੜ ਹੋ ਗਿਆ ਆ, ਪਰ ਮੁਕੇਰੀਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਕੋਈ ਖਾਸ ਜਿੱਦਾਂ ਆਧਾਰ ਕੋਈ ਹਵਾ ਜੀ ਬਣਦੀ ਨਜ਼ਰ ਨਹੀਂ ਆ ਰਹੀ, ਕੀ ਕਾਰਨ ਇਹਦਾ? ਨਹੀਂ ਬਿਲਕੁਲ ਗੁਰਪ੍ਰੀਤ ਜੀ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਹਵਾ ਆ, ਬਿਲਕੁਲ ਅਸੀਂ ਲੋਕਾਂ ਵਿੱਚ ਜਾਈਦਾ ਆ, ਇੱਕ ਕਰੋਨਾ ਜਿਹੜਾ ਹੈਗਾ, ਕਰੋਨਾ ਜਿਹੜਾ ਵਾਇਰਸ ਹੈਗਾ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਹੈਗੀ, ਔਰ ਅਸੀਂ ਗੌਰਮੈਂਟ ਦੇ ਜਿਹੜੇ ਕਾਨੂੰਨ, ਗੌਰਮੈਂਟ ਦੀ ਜਿਹੜੀਆਂ ਹਦਾਇਤਾਂ ਉਹਨੂੰ ਵੀ ਫੋਲੋ ਕਰਦੇ ਹਾਂ, ਕਿਉਂਕਿ ਅਸੀਂ ਗੌਰਮੈਂਟ ਦੀਆਂ ਹਦਾਇਤਾਂ ਤੋਂ ਬਾਹਰ ਨਹੀਂ ਜਾ ਸਕਦੇ, ਔਰ ਇਸ ਕਰਕੇ ਅਸੀਂ ਜਿਹੜੇ ਲੋਕਾਂ ਨੂੰ ਪਰੇਸ਼ਾਨ ਵੀ ਨਹੀਂ ਕਰਨਾ ਚਾਹੁੰਦੇ, ਜਿਸ ਵੇਲੇ ਆ ਕਰੋਨਾ ਦਾ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਰੋਲਾ ਰੱਪਾ ਹੈ ਜਾਂ ਇਹਦਾ ਲੋਕਾਂ 'ਤੇ ਜਿਹੜਾ ਕੰਟਰੋਲ ਹੋ ਗਿਆ, ਅਸੀਂ ਲੋਕਾਂ 'ਚ ਜਾਵਾਂਗੇ, ਲੋਕਾਂ ਨੂੰ ਅਵੇਅਰ ਕਰਾਂਗੇ, ਲੋਕਾਂ ਨੂੰ ਦੱਸਾਂਗੇ ਪਾਰਟੀ ਦੀਆਂ ਪੋਲਸੀਆਂ ਬਾਰੇ ਵੀ ਦੱਸਾਂਗੇ, ਪਾਰਟੀ ਦੇ ਅਗਲੇ ਪ੍ਰੋਗਰਾਮ ਬਾਰੇ ਜ਼ਰੂਰ ਦੱਸਾਂਗੇ। ਅੱਗੇ ਤੁਹਾਡੇ ਆਉਣ ਵਾਲੇ ਜੇ ਕੋਈ ਪ੍ਰੋਗਰਾਮ ਹੈ, ਜੇਕਰ ਤੁਹਾਨੂੰ ਪਾਰਟੀ ਤੁਹਾਡੇ 'ਤੇ ਦੁਬਾਰਾ 2017 ਵਾਂਗੂ ਭਰੋਸਾ ਜਤਾਉਂਦੀ ਹੈ, ਤੁਹਾਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲਦੀ ਹੈ ਮੁਕੇਰੀਆਂ ਤੋਂ, ਤਾਂ ਕੀ ਤੁਹਾਡੇ ਪ੍ਰੋਗਰਾਮ ਹੋਣਗੇ? ਦੇਖੋ 2022 'ਚ ਜੇ ਪਾਰਟੀ ਮੈਨੂੰ ਆਪਾਂ ਨੂੰ ਇੱਕ ਵਾਰੀ ਮੁੜ ਕੇ ਮੌਕਾ ਦਿੰਦੀ ਹੈ, ਅਤੇ ਅਸੀਂ ਪੂਰੇ ਤਨ ਮਨ ਧਨ ਦੇ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਵਰਕਰ ਜਿਨ੍ਹਾਂ ਨੇ 2017 ਦੇ ਵਿੱਚ ਸਾਥ ਦਿੱਤਾ ਸੀ, ਜਿਹੜੇ ਲੋਕਾਂ ਨੇ ਸਾਥ ਦਿੱਤਾ ਸੀ, ਜਿਹੜੇ ਗੌਰਮੈਂਟ ਮੁਲਾਜ਼ਮਾਂ ਨੇ ਸਾਥ ਦਿੱਤਾ ਸੀ, ਅਸੀਂ ਉਹਨਾਂ ਨੂੰ ਨਾਲ ਲੈ ਕੇ ਪਿੰਡ ਪਿੰਡ ਜਾਵਾਂਗੇ, ਘਰ ਘਰ ਜਾ ਕੇ ਹੋਕਾ ਦੇਵਾਂਗੇ ਕਿ ਪੰਜਾਬ ਨੂੰ ਬਚਾ ਲਓ, ਆਪਣੇ ਮੁਕੇਰੀਆਂ ਹਲਕੇ ਨੂੰ ਬਚਾ ਲਓ, ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨੂੰ ਬਚਾ ਲਓ, ਨਹੀਂ ਤਾਂ ਇਹਨਾਂ ਨੇ ਰਵਾਇਤੀ ਪਾਰਟੀਆਂ ਨੇ ਇੱਕਮਿੱਕ ਹੋ ਕੇ ਬੇੜਾ ਗਰਕ ਪਹਿਲਾਂ ਵੀ ਕੀਤਾ ਸੀ, ਔਰ ਜਿਹੜਾ ਰਹਿੰਦਾ ਖੁੰਦਾ ਉਹ ਵੀ ਅੱਗੇ ਕਰ ਦੇਣਾ ਹੈ। ਜਿਹੜੇ ਹੁਣ ਤੁਹਾਡੇ ਪ੍ਰੋਗਰਾਮ ਚੱਲ ਰਹੇ ਆ ਉਹਦੇ ਬਾਰੇ ਜਾਣਕਾਰੀ ਦਿਓ, ਜੇ ਤੁਸੀਂ ਪਾਰਟੀ ਨੂੰ ਜਿਹੜਾ ਅੱਗੇ ਸੰਗਠਿਤ ਕਰਨ ਨੂੰ ਜਿਹੜੇ ਕਰਦੇ? ਬਿਲਕੁਲ, ਜਿਹੜੇ ਇਸ ਵੇਲੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਰੋਨਾ ਮਹਾਂਮਾਰੀ ਚੱਲੀ ਹੋਈ ਹੈ, ਸਿਰਫ ਤਾਂ ਸਿਰਫ ਸਾਡੇ ਜਿਹੜੇ ਪ੍ਰੋਗਰਾਮ ਹੈ ਸਿਰਫ ਤਾਂ ਸਿਰਫ ਲੋਕਾਂ ਤੱਕ ਟੱਚ ਕਰੀਦਾ, ਆਪਣੇ ਜਿਹੜੇ ਵਲੰਟੀਅਰ ਹੈਗੇ ਵਰਕਰਾਂ ਤੱਕ ਮਿਲਣ ਜਾਈਦਾ ਹੈ, ਉਹਨਾਂ ਨੂੰ ਜ਼ਰੂਰ ਦੱਸੀਦਾ ਕਿ ਲੋਕਾਂ ਨੂੰ ਕਰੋਨਾ ਤੋਂ, ਕਰੋਨਾ ਜਿਹੜਾ ਬਿਮਾਰੀ ਹੈ ਇਹ ਤੋਂ ਵੀ ਅਵੇਅਰ ਕਰੋ, ਲੋਕਾਂ ਨੂੰ
होर जिहड़ियां सहूलत मुढ़ली जिहड़ियां जरूरतां हैगियां उन्हां बारे लोकां नूं दसो जे किसे नूं जरूरत हैगी तां उत्थे असीं उन्हां नूं प्रोवाइड करा आपणा उन्हां नूं दे के जाइए और इस तों इलावा जिहड़ियां वड्डे प्रोग्राम हैगे आ उह असीं इस महामारी खत्म होण तों बाद करांगे। ਮਕੇਰੀਆਂ ਦੇ ਜਿਹੜੇ ਸਾਡੇ ਹਲਕੇ ਦੇ ਲੋਕ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ, ਕੋਈ ਸੰਦੇਸ਼ ਦੇਣਾ ਚਾਹੋ ਉਹਨਾਂ ਨੂੰ? ਅਸੀਂ ਤਾਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ 2022 ਵਿੱਚ 2022 ਦਾ ਜਿਹੜਾ ਸਮਾਂ ਬਹੁਤ ਥੋੜ੍ਹਾ ਹੈਗਾ, 5-6 ਮਹੀਨੇ ਦਾ ਸਮਾਂ ਹੈਗਾ, ਕਿਤੇ 2022 ਦੇ ਇਲੈਕਸ਼ਨ ਤੋਂ ਬਾਅਦ ਸਾਨੂੰ ਕਿਤੇ ਦੁਬਾਰਾ ਮੁੜ ਕੇ 17 ਵਾਲੀ ਗਲਤੀ ਕਰਨ ਤੋਂ ਪਛਤਾਉਣਾ ਨਾ ਪਵੇ। ਬਸ ਇਸ ਗੱਲ ਦਾ ਖਿਆਲ ਰੱਖੀਓ ਕਿ ਵੋਟ ਪਾਉਣ ਤੋਂ ਪਹਿਲਾਂ ਇਸ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਜਿਹੜੀ ਦੂਸਰਾ ਇੱਕ ਗਠਬੰਧਨ ਬਣਿਆ ਜਿਹੜੇ ਉਹ ਤੁਹਾਡੇ 'ਚ ਲੋਕਾਂ ਜਾਣਗੇ, 10 ਸਾਲ ਉਹਨਾਂ ਨੇ ਵੀ ਸਰਕਾਰ ਚਲਾਈ ਸੀ, ਜਿਹੜੇ ਤੁਹਾਡੇ ਕੋਲ ਦੁਬਾਰਾ ਆਉਣਗੇ ਤਾਂ ਉਹਨਾਂ ਨੂੰ ਉਹਨਾਂ ਦੀਆਂ ਕਾਰਗੁਜ਼ਾਰੀਆਂ ਜ਼ਰੂਰ ਦੱਸਿਓ ਕਿ ਉਹਨਾਂ ਨੇ ਕੀਤਾ ਕੀ, ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ, ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ, ਜਿਹੜੇ ਕਰਜ਼ੇ ਆ ਉਹਨਾਂ ਦੇ ਬਿਲਕੁਲ ਲਕੀਰ ਮਾਰ ਦੇਣੀ, ਬੁਢਾਪਾ ਪੈਨਸ਼ਨ, ਜਿਹੜੇ ਬੱਚਿਆਂ ਨੂੰ ਆਪਾਂ ਲੈਪਟੋਪ ਦੇਣੇ, ਹੋਰ ਵੀ ਜਿੰਨੇ ਵੀ ਜਿਹੜੀਆਂ ਲੋਕਾਂ ਨੂੰ ਆਪਣੇ ਮੈਨੀਫੈਸਟੋ ਵਿੱਚ ਜੋ ਦੱਸਿਆ ਸੀ ਉਹ ਜ਼ਰੂਰ ਇੱਕ ਵਾਰ ਯਾਦ ਕਰਾਈਓ। ਬਸ ਇਹੀ ਸਾਡਾ ਮੈਸੇਜ ਹੈ ਕਿ ਉਹਨਾਂ ਨੂੰ ਜਿਹੜੇ ਪਿੰਡ 'ਚ ਲੀਡਰਸ਼ਿਪ ਆਉਂਦੀ ਹੈ ਉਹਨਾਂ ਨੂੰ ਜ਼ਰੂਰ ਉਹ ਜ਼ਰੂਰ ਦੱਸੋ ਕਿ ਤੁਸੀਂ ਕੀ ਵਾਅਦੇ ਸਾਡੇ ਨਾਲ ਕੀਤੇ ਸੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰ ਫਿਰ। ਅਸੀਂ ਗੱਲ ਕਰ ਰਹੇ ਸੀ ਜੱਗੀ ਜੀ ਨਾਲ ਜੋ ਕਿ 2017 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਅਤੇ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਵੀ ਬਣ ਰਹੇ ਨੇ ਅਤੇ ਤੁਹਾਡੇ ਤੱਕ ਹੋਰ ਵੀ ਇਹੋ ਜਿਹੀਆਂ ਵੀਡੀਓ ਪਹੁੰਚਾਉਂਦੇ ਰਹਾਂਗੇ। ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।